हाँ जी, सब तो पहला स्वागत है तुहाडे अपने यूट्यूब चैनल ते। तुहानू मेरे वालों प्यार भरी सत श्री अकाल। वीडियो शुरू करन तो पहला तुहानू एक छोटी जी बेनती, जेकर तुसी भी किसान अंदोलन दे समर्थन विच हो तां साडे चैनल नू सबसक्राइब कर लो, तां जो तुहानू किसान अंदोलन नाल जुड़ी हर एक अपडेट सब तो पहला मिले। 26 जनवरी तो बाद खून नाल लथपथ खुले केसां वाले एक सिख नौजवान दियां मुस्कुराउंदे होए दियां वायरल तस्वीरां अते वीडियो ने सोशल मीडिया ते काफी लोकप्रियता हासिल कीती। जख्मी हालत ਵਿੱਚ ਵੀ ਉਹ ਮੁਸਕਰਾ ਰਿਹਾ ਹੈ। ਤਸਵੀਰਾਂ ਵੇਖ ਕੇ ਹਰ ਕਿਸੇ ਦੇ ਮਨ 'ਚ ਸਵਾਲ ਉੱਠ ਰਿਹਾ ਹੈ ਕਿ ਆਖਿਰ ਇਹ ਨੌਜਵਾਨ ਕੌਣ ਹੈ ਅਤੇ ਕਿੱਥੋਂ ਆਇਆ ਹੈ, ਇਸ ਨਾਲ ਆਖਿਰ ਅਜਿਹਾ ਕੀ ਭਾਣਾ ਵਾਪਰ ਗਿਆ। ਅਸੀਂ ਤੁਹਾਨੂੰ ਇਸ ਨੌਜਵਾਨ ਬਾਰੇ ਜਾਣਕਾਰੀ ਦਵਾਂਗੇ। ਇਹ ਸਿੱਖ ਨੌਜਵਾਨ ਬਰਨਾਲੇ ਜ਼ਿਲ੍ਹੇ ਦੇ ਪਿੰਡ ਭਦੇਰ ਦਾ ਰਹਿਣ ਵਾਲਾ ਹੈ ਅਤੇ ਇਸ ਦਾ ਨਾਂ ਜਗੀਰ ਸਿੰਘ ਜੱਗੀ ਬਾਬਾ ਹੈ, ਜੋ ਪਿਛਲੇ ਕਾਫੀ ਦਿਨਾਂ ਤੋਂ ਕਿਸਾਨ ਅੰਦੋਲਨ ਵਿੱਚ ਡਟਿਆ ਹੋਇਆ ਸੀ ਤੇ ਲੰਗਰ ਦੀ ਸੇਵਾ ਨਿਭਾ ਰਿਹਾ ਸੀ। ਜੱਗੀ ਸਿੰਘ 26 ਜਨਵਰੀ ਦੀ ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਦਿੱਲੀ ਪੁਲਿਸ ਵੱਲੋਂ ਕੁੱਟਮਾਰ ਦਾ ਸ਼ਿਕਾਰ ਹੋਇਆ ਸੀ। ਕੁੱਟਮਾਰ ਹੋਣ ਦੇ ਬਾਵਜੂਦ ਉਹ ਦਿੱਲੀ ਪੁਲਿਸ ਅੱਗੇ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਦਾ ਰਿਹਾ। ਲੋਕਾਂ ਵੱਲੋਂ ਅਤੇ ਉਸ ਨਾਲ ਮੌਜੂਦ ਕਿਸਾਨਾਂ ਵੱਲੋਂ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਇਹ ਉਹ ਵਿਅਕਤੀ ਹੈ ਜਿਸ ਨੇ ਕਿਸਾਨ ਅੰਦੋਲਨ 'ਚ ਮੌਜੂਦ ਪੁਲਿਸ ਪ੍ਰਸ਼ਾਸਨ ਲਈ ਵੀ ਲੰਗਰ ਦੀ ਸੇਵਾ ਕੀਤੀ ਸੀ। ਪੁਲਿਸ ਨੂੰ ਇਸ ਨੌਜਵਾਨ ਵੱਲੋਂ ਲੰਗਰ ਵੀ ਛਕਾਇਆ ਗਿਆ ਸੀ, ਫਿਰ ਪੁਲਿਸ ਨੇ ਇਸ ਨਾਲ ਅਜਿਹਾ ਸਲੂਕ ਕਿਉਂ ਕੀਤਾ? ਜੱਗੀ ਸਿੰਘ ਇੱਕ ਗਰੀਬ ਪਰਿਵਾਰ 'ਚੋਂ ਹੈ। ਇੰਨਾ ਹੀ ਨਹੀਂ, ਕਿਸਾਨ ਸੰਘਰਸ਼ ਦੇ ਹੌਸਲੇ ਦੀ ਤਸਵੀਰ, ਜੱਗੀ ਸਿੰਘ ਕੋਲ ਰਹਿਣ ਲਈ ਇੱਕ ਛੱਤ ਵੀ ਨਹੀਂ ਹੈ। ਪਰ ਅੱਜ ਭਦੇਰ ਪਿੰਡ ਦੀ ਪੰਚਾਇਤ ਵੱਲੋਂ ਜਗੀਰ ਸਿੰਘ ਦੇ ਘਰ ਲਈ ਜ਼ਮੀਨ ਦਿੱਤੀ ਗਈ ਹੈ। ਪਿੰਡ ਵਾਸੀਆਂ ਵੱਲੋਂ ਆਪਣੀ ਨੇਕ ਕਮਾਈ 'ਚੋਂ ਇੱਟਾਂ ਤੇ ਰੇਤੇ ਦੀ ਸੇਵਾ ਕਰਕੇ ਜੱਗੀ ਬਾਬੇ ਦੇ ਘਰ ਦੀ ਸ਼ੁਰੂਆਤ ਕਰਵਾਈ ਗਈ। ਪਿੰਡ ਦੀ ਪੰਚਾਇਤ ਨੇ ਲੋਕਾਂ ਨੂੰ ਵੀ ਜੱਗੀ ਸਿੰਘ ਦੇ ਘਰ ਦੀ ਉਸਾਰੀ ਲਈ ਸੇਵਾ 'ਚ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ। ਦੋਸਤੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸੈਂਟਰ ਸਰਕਾਰ ਦੀ ਨੀਤ ਸਭ ਨੂੰ ਪਤਾ ਚੱਲ ਸਕੇ। ਧੰਨਵਾਦ ਦੋਸਤੋ, ਮਿਲਦੇ ਅਗਲੀ ਵਾਰ ਨਵੀਂ ਜਾਣਕਾਰੀ ਦੇ ਨਾਲ।